ਤੂੰ ਜ਼ੋਰ ਲਾ ਲੈ ਜੇ 25 ਸਾਲ ਦਾ ਬੱਚਾ ਆਪਣੀ ਮਾਂ ਨੂੰ ਅੰਦਰੋਂ ਕੱਢ ਸਕਦਾ ਹੈ ਇਹਦਾ ਮਤਲਬ ਉਹ ਆਜ਼ਾਦ ਹੈ ਤੇ ਮਾਂ ਉਹਦੇ ਅੰਦਰ ਤਾਂ ਥਾਂ ਬਣਾਊ ਜੇ ਅਗਲਾ ਵੜਨ ਦਊਗਾ ਅੰਦਰ ਵੜਨ ਦਊਗਾ ਕਈ ਬੀਬੀਆਂ ਨੇ ਬੰਦਿਆਂ ਵਾਸਤੇ 40-40 ਸਾਲ ਦੀਆਂ ਵਿਆਹੀਆਂ ਰੋਟੀ ਟੁੱਕ ਕਰਿਆ ਬੱਚੇ ਪੈਦਾ ਕੀਤੇ ਨੇ ਪੜ੍ਹਾ ਰਹੀਆਂ ਪਾਲਿਆ ਤੇ ਇਹ ਜ਼ੋਰ ਲਾ ਲਿਆ ਵੀ ਇਹਦੇ ਅੰਦਰ ਥਾਂ ਬਣ ਜੇ 40 ਸਾਲ ਤੋਂ ਨਹੀਂ ਬਣਾ ਸਕੀ ਜ਼ੋਰ ਲਾ ਲਓ ਤੁਸੀਂ ਵੀ ਮੈਂ ਥਾਂ ਬਣਾ ਲਵਾਂ ਬੰਦਾ ਜੇ ਨਹੀਂ ਚਾਹੁੰਦਾ ਤੇ ਨਹੀਂ ਪਿਆਰ ਕਰਦਾ ਤੇ ਕਈ ਬੰਦੇ ਵੀ ਬਥੇਰੇ ਅੱਗੇ ਪਿੱਛੇ ਫਿਰਦੇ ਆ ਜੇ ਉਹਨੇ ਤੈਨੂੰ ਨਹੀਂ ਆਪਣਾ ਸਮਝਣਾ ਤੇ ਤੂੰ ਜੋ ਮਰਜ਼ੀ ਕਰ ਲੈ ਨਹੀਂ ਜੋ ਮਰਜ਼ੀ ਬਣ ਜਾ ਪੈਰ ਘੁੱਟ ਲੈ ਲੱਤਾਂ ਘੁੱਟ ਲੈ ਬੁਰਕੀਆਂ ਪਾਈ ਜਾ ਮੂੰਹ ਜ਼ੁਬਾਨ ਤੈਨੂੰ ਭੁਲੇਖਾ ਹੈ ਕਿ ਇਦਾਂ ਬੰਦਾ ਨਹੀਂ ਹੁੰਦਾ ਜੀ ਇਦਾਂ ਹੁੰਦਾ ਹੀ ਨਹੀਂ ਆਜ਼ਾਦ ਤਾਂ ਕਰਕੇ ਤੁਸੀਂ ਉਹਨਾਂ ਉਨੀ ਕੁ ਟੈਨਸ਼ਨ ਲਓ ਜਿੰਨੀ ਲੈਣੀ ਚਾਹੀਦੀ ਹੈ ਆਪਣਾ ਬੈਸਟ ਕਰੋ ਵੇਖੋ ਮੈਂ ਤੁਹਾਨੂੰ ਇੱਥੇ ਸੁਣਾ ਰਿਹਾ ਮੈਂ 2 ਘੰਟੇ ਲਾਤੇ ਮੈਂ 2 ਘੰਟੇ ਲਾਤੇ ਮੈਂ ਆਪਣਾ ਬੈਸਟ ਕਰਤਾ ਹੁਣ ਮੈਂ ਐ ਸਿਰ ਫੜ ਕੇ ਬਹਿ ਜਾ ਗੱਡੀ 'ਚ ਹਾਏ ਓਏ ਰੱਬਾ ਇਹ ਸਮਝਦੇ ਕਿਉਂ ਨਹੀਂ ਲੈ ਮੈਨੂੰ ਮੇਰੀ ਤੇ ਨੀਂਦ ਹਰਾਮ ਹੋ ਜੂ ਫਿਰ ਮੈਂ ਘਰੇ ਕਿਵੇਂ ਪਹੁੰਚੂ ਮੈਂ ਬੰਦਿਆਂ ਨੂੰ ਸੁਣਾਇਆ 50,000 ਨੂੰ ਤੇ ਮੰਨੀ 5-7 ਨੇ ਤੇ ਮੇਰੇ ਤੇ ਵੈਸੇ ਹੀ ਪਾਗਲ ਹੋ ਤੂੰ ਸੋਚ ਸੋਚ ਗਈ ਵੀ ਯਾਰ ਮੈਂ ਇੰਨਾ ਜ਼ੋਰ ਲਾਤਾ ਸਮਝਦੇ ਹੀ ਨਹੀਂ ਮੇਰੀ ਗੱਲ ਇਹ ਇਦਾਂ ਤੇ ਫਿਰ ਜ਼ਿੰਦਗੀ ਖਰਾਬ ਹੋ ਜੂ ਸਾਰੀ ਆਪਣਾ ਬੈਸਟ ਕਰੋ ਆਪਣੇ ਬੱਚਿਆਂ ਲਈ ਤੁਸੀਂ ਐਂ ਕਰਨਾ ਵੀ ਮੈਂ ਆਪਣਾ ਵਧੀਆ ਕਰਿਆ ਆਪਣੇ ਵੱਲੋਂ ਠੀਕ ਕੀਤਾ ਪੜ੍ਹਾਇਆ ਵਧੀਆ ਸਮਝਾਇਆ ਵਧੀਆ ਜਿੰਨੇ ਜੋਗੇ ਸੀ ਭਾਈ ਦੱਸਿਆ ਖਰਚਾ ਕਰਿਆ ਪੈਸਾ ਖਰਚਿਆ ਪਰ ਐ ਨਾ ਸੋਚੀ ਜਾ ਹਾਏ ਕਿਵੇਂ ਬਣੂ ਹਾਏ ਕਿਵੇਂ ਬਣੂ ਇੱਕ ਹੋਰ ਗੱਲ ਦੱਸਾਂ ਫੜਾਂ ਬਹੁਤ ਮਾਰੀਆਂ ਹੁੰਦੀਆਂ ਅਸੀਂ ਲੋਕ ਫੜਾਂ ਬਹੁਤ ਮਾਰਦੇ ਆ ਜਦੋਂ ਨਾ ਬੰਦਿਆਂ 'ਚ ਬੈਠਾ ਹੁੰਦਾ ਮੇਰੇ ਵਾਲੇ ਨਿਆਣੇ ਨੇ ਜੀ ਬਸ ਜਮਾਂ ਹੀ ਨਹੀਂ ਐ ਕਿਤੇ ਅੱਖ ਪੱਟ ਕੇ ਕਿਸੇ ਕੰਨੀ ਦੇਖ ਜਾਣ ਕੁੜੀਆਂ ਦੀਆਂ ਗੱਲਾਂ ਕਰਨਗੇ ਤਾਂ ਕਰਨਗੇ ਸਾਡੇ ਵਾਲੀ ਤੇ ਮੈਂ ਕਹਿੰਦਾ ਪੁੱਛੋ ਨਾ ਕੋਈ ਬਸ ਗਊ ਹੀ ਇਦਾਂ ਹੀ ਕਰੀ ਜਾਣੀ ਪਤਾ ਕੀ ਕਹੀਦਾ ਸੁਣੋ ਵੀਰੋ ਚੇਤਾ ਰੱਖਿਓ ਨਿਆਣਿਆਂ ਵਾਲੇ ਹੋ ਗਾਂ ਨਿਆਣੇ ਹੋਣਗੇ ਸਟੇਟਮੈਂਟ ਬੈਲੈਂਸ ਦਿਓ ਇਦਾਂ ਕਿਹਾ ਕਰੋ ਨਿਆਣਿਆਂ ਵਰਗੇ ਨਿਆਣੇ ਐ ਅੱਜ ਠੀਕ ਐ ਕੱਲ੍ਹ ਦਾ ਬਦਲ ਸਿੱਧੀ ਗੱਲ ਲੱਗਦੇ ਤੇ ਠੀਕ ਹੀ ਹੈ ਬਾਕੀ ਭਾਈ ਅੱਖਾਂ ਤੋਂ ਪਰੇ ਜਾ ਕੇ ਕੀ ਕਰਦੇ ਆ ਕੋਈ ਪਤਾ ਨਹੀਂ ਇੰਨੀ ਸਟੇਟਮੈਂਟ ਦਿੱਤੀ ਹਮੇਸ਼ਾ ਲੱਖ ਚੰਗਾ ਤੇਰਾ ਬੱਚਾ ਇੰਨਾ ਵੀ ਅੱਜ ਮੇਰੇ ਸਾਹਮਣੇ ਠੀਕ ਹੈ ਪਤਾ ਨਹੀਂ ਹੁਣ ਵੀ ਕੀ ਕਰਦਾ ਹੈ ਕੀ ਨਹੀਂ ਬੱਚਿਆਂ ਦਾ ਨਿਆਣਿਆਂ ਦਾ ਕੀ ਪਤਾ ਭਾਈ ਜਮਾਨਾ ਕਹੇ ਜੇ ਇੰਨੀ ਗੱਲ ਜਦੋਂ ਐਡੀਆਂ ਐਡੀਆਂ ਫਿਰ ਬੱਚੇ ਦਾ ਦੁੱਖ ਘੱਟ ਲੱਗਦਾ ਫਿਰ ਪਤਾ ਕੀ ਕਹਿੰਦਾ ਵੀ ਸਾਥਾਂ 'ਚ ਤਾਂ ਠੁਕਰੀਆਂ ਮਾਰ ਗਿਆ ਮੈਂ ਲੋਕੀ ਕੀ ਕਹਿਣਗੇ ਹੁਣ ਵੀ ਤੂੰ ਤੇ ਐਂ ਕਹਿੰਦਾ ਸੀ ਓਏ ਤੂੰ ਐਂ ਕਹਿੰਦਾ ਸੀ ਇਹ ਨਹੀਂ ਕਹਿੰਦਾ ਤੁਸੀਂ ਕੋਸ਼ਿਸ਼ ਕਰੋ ਉਨੀ ਉਨੀ ਗੱਲ ਕਰਨੀ ਸ਼ੁਰੂ ਕਰੋ ਬੱਚਿਆਂ ਵਰਗੇ ਬੱਚੇ ਆ ਨਿਆਣਿਆਂ ਵਰਗੇ ਨਿਆਣੇ ਆ ਪਤਾ ਨਹੀਂ ਭਾਈ ਕੀ ਬਣਦਾ ਸਿੱਧੀ ਗੱਲ ਕਰੋ ਕੁਦਰਤ ਨੇ ਤੈਨੂੰ ਵੀ ਆਜ਼ਾਦੀ ਦਿੱਤੀ ਹੈ ਸੋਚ ਕੇ ਤੇ ਵੇਖ ਤੂੰ ਆਜ਼ਾਦ ਨਹੀਂ ਤੇਰੀ ਆਪਣੀ ਮਰਜ਼ੀ ਹੈ ਕਈ ਵਾਰੀ ਕਈ ਗੱਲਾਂ ਤੇਰੀਆਂ ਪਿਓ ਦੀਆਂ ਜਿਹੜੀਆਂ ਤੈਂ ਨਹੀਂ ਮੰਨੀਆਂ ਤੇਰਾ ਪਿਓ ਕਹਿੰਦਾ ਸੀ ਇਕੱਠੇ ਰਹੋ ਤੁਸੀਂ ਨਹੀਂ ਰਹੇ ਜਿਵੇਂ ਤੂੰ ਆਜ਼ਾਦ ਸੀ ਇਦਾਂ ਹੀ ਤੇਰਾ ਪੁੱਤ ਵੀ ਕੁਦਰਤ ਨੇ ਆਜ਼ਾਦ ਬਣਾਇਆ ਹੱਕ ਹੈ ਤੈਨੂੰ ਤੇਰੀ ਮਰਜ਼ੀ ਦਾ ਹੱਕ ਸੀ ਤੇਰੇ ਪੁੱਤ ਨੂੰ ਤੇਰੀ ਮਰਜ਼ੀ ਦਾ ਉਹ ਆਪਣੀ ਮਰਜ਼ੀ ਦਾ ਹੱਕ ਹੈ ਪੋਤੇ ਨੂੰ ਗਾਂ ਆਪਣੀ ਮਰਜ਼ੀ ਦਾ ਹੋਣਾ ਹੈ ਇਹ ਕੁਦਰਤ ਦੀ ਰੱਬ ਦੀ ਅੰਸ਼ ਨੇ ਅਸੀਂ ਤੇ ਪਾਲਦੇ ਜ਼ਰੂਰ ਹਾਂ ਪਰ ਹੈ ਆਇਆ ਉਧਰੋਂ ਹੀ ਹੈ ਤੇ ਉਧਰ ਹੀ ਜਾਊ ਸਮਝਾਵਾਂ ਇੱਕ ਮਿੰਟ ਲਈ ਫਿਰ ਸੁਣੋ ਵੇਖੋ ਖਾਣਾ ਖਾਧਾ ਇਧਰੋਂ ਆਇਆ ਜੀ ਇਹਦੇ ਚੋਂ ਆਇਆ ਸਬਜ਼ੀਆਂ ਖਾ ਰਿਹਾ ਖੁਰਾਕਾਂ ਖਾ ਰਿਹਾ ਉਹ ਵੀ ਖਾ ਰਹੀ ਹੈ ਖਾਧਾ ਖਾਣਾ ਬਲੱਡ ਬਣਦਾ ਇਧਰੋਂ ਆਇਆ ਸਰੀਰ 'ਚ ਸਾਗ ਲੈ ਲਓ ਆਹ ਖਾ ਲਓ ਆਹ ਖਾ ਲਓ ਆਹ ਖਾ ਲਓ ਹੌਲੀ ਹੌਲੀ ਬਾਡੀ ਦੇ ਵਿੱਚ ਗਿਆ ਵਿਟਾਮਿਨ ਬਣੇ ਬਲੱਡ ਬਣਿਆ ਸਰੀਰ 'ਚ ਬਿੰਦ ਬਣਿਆ ਦੌੜਨਾ ਸ਼ੁਰੂ ਹੋਇਆ ਪੇਟ 'ਚ ਜਾਂਦਾ ਹੈ ਭਰੂਣ ਬਣਦਾ ਹੈ ਬੱਚਾ ਬਣਿਆ ਬਾਹਰ ਆਇਆ ਪਰ ਤੂੰ ਦੱਸ ਖੁਰਾਕ ਤੋਂ ਬਣਿਆ ਤੂੰ ਜਿਹੜਾ ਖਾਣਾ ਖਾਧਾ ਉਹਦੇ 'ਚੋਂ ਬਣਿਆ ਇੱਧਰੋਂ ਆਇਆ ਬਾਹਰੋਂ ਆਇਆ ਇਹਦੇ 'ਚ ਗਿਆ ਵਾਪਸ ਇੱਕ ਦਿਨ ਮਰਿਆ ਵਿੱਚ ਹੀ ਚਲਿਆ ਗਿਆ ਤੂੰ ਤੇ ਸਿਰਫ ਇੱਕ ਜ਼ਰੀਆ ਬਣਿਆ ਹੈ ਉਹ ਤੇਰਾ ਨਹੀਂ ਬਾਹਰੋਂ ਹੀ ਆਇਆ ਇੱਧਰ ਹੀ ਚਲੀ ਜਾਂਦਾ
ਮਾੜਾ ਜਿਹਾ ਤੁਸੀਂ ਘੁੰਮ ਕੇ ਵੇਖੋ, ਵੇਖੋ ਨਾ, ਵੇਖੋ ਬੈਕ ਤੇ ਜਾਓ, ਬੱਚਾ ਬੱਚਾ, ਫਿਰ ਉਹ ਇੱਕ ਸੈੱਲ ਹੈ, ਪਿੱਛੇ ਨੂੰ ਚੱਲੋ ਇਹਨੂੰ ਬੈਕ ਨੂੰ ਲੈ ਜਾਓ, ਸੈੱਲ ਹੈ, ਉਦੋਂ ਪਹਿਲਾਂ ਕੀ ਹੈ ਬਲੱਡ, ਉਦੋਂ ਪਹਿਲਾਂ ਕੀ ਹੈ ਰਸ, ਉਦੋਂ ਪਹਿਲਾਂ ਕੀ ਹੈ ਵਿਟਾਮਿਨ ਨੇ, ਉਹ ਕਦ ਤੋਂ ਬਣੇ ਨੇ ਖਾਣੇ ਤੋਂ, ਹੁਣ ਕੀ ਬਣ ਗਿਆ, ਉਹੀ ਬੱਚਾ ਬੈਕ ਨੂੰ ਲਈ ਜਾਓ ਖਾਣਾ, ਤੇ ਖਾਣੇ ਨੂੰ ਹੋਰ ਪਿੱਛੇ ਚੱਲੋ, ਸਬਜ਼ੀਆਂ ਬਣਨ ਤੋਂ ਪਹਿਲਾਂ ਉਹ ਪਈਆਂ ਖਿਲ ਰਹੀਆਂ, ਉੱਥੋਂ ਆਇਆ ਇਧਰੋਂ ਆਇਆ, ਇਹਦੇ ਚ ਹੀ ਚਲੇ ਜਾਂਦਾ, ਇਹਦੇ ਚ ਵੀ ਪੈਦਾ ਹੁੰਦਾ, ਤੇ ਤੂੰ ਤੇ ਇੱਕ ਜਰੀਆ, ਤੈਨੂੰ ਤੇ ਵਰਤਦਾ ਅਗਲਾ, ਤੈਨੂੰ ਵਰਤ ਕੇ ਬਾਹਰ ਨਿਕਲ ਗਈ ਇੱਕ ਐਨਰਜੀ ਹੈ, ਇਧਰੋਂ ਆਈ ਹੈ ਅੱਗੇ ਚਲੇ ਗਈ ਹੈ, ਤੈਨੂੰ ਤੇ ਯੂਜ ਕੀਤਾ ਉਹਨੇ, ਵਰਤਿਆ ਸਿਰਫ ਤੈਨੂੰ ਪ੍ਰਗਟ ਹੋਣ ਲਈ, ਅੱਗੇ ਆਉਣ ਲਈ, ਸਿਰਫ ਸਾਧਨ ਹੈ ਆਪਾਂ, ਬੱਚਾ ਸਾਧਨ ਹੈ, ਤੂੰ ਸਾਧਨ ਬਣਿਆ ਉਹਨੂੰ ਦੁਨੀਆ ਚ ਲਿਆਉਣ ਲਈ, ਪਰ ਹੈ ਉਹ ਅੰਸ਼ ਤੇਰੀ ਨਹੀਂ ਪਰਮਾਤਮਾ ਦੀ, ਕਹੋ ਕਬੀਰ ਇਹ ਰਾਮ ਕੀ ਅੰਸ਼, ਇਦਾਂ ਹੀ ਤੂੰ ਅੰਸ਼ ਸੀ, ਇਦਾਂ ਹੀ ਤੇਰਾ ਬੱਚਾ ਅੰਸ਼ ਹੈ, ਤੂੰ ਮੋਹਰ ਨਾ ਲਾ ਉਹਦੇ ਤੇ, ਚੇਤਾ ਭੁੱਲ ਜਾ, ਤੂੰ ਉਹਦੇ ਤੇ ਕਬਜ਼ਾ ਕਰ ਲੈਗਾ, ਕਬਜ਼ਾ ਨਹੀਂ ਹੋਣਾ ਤੇਰਾ, ਜੋ ਮਰਜ਼ੀ ਕਰ ਲੈ, ਉਹ ਤੇਰੀ ਕਬਜ਼ਾ ਤੇਰਾ ਤਾਂ ਮੰਨੇ ਜੇ ਤੇਰਾ ਹੋਵੇ, ਉਹਦੇ ਆਇਆ ਹੀ ਬਾਹਰੋਂ, ਉਹ ਤੇਰੀ ਅੰਸ਼ ਉਹਦੀ ਹੈ, ਉਹ ਤਾਂ ਕਰਕੇ ਉਹਨੇ ਆਜ਼ਾਦੀ ਦਿੱਤੀ ਹੈ, ਇਹ ਆਜ਼ਾਦੀ ਬੰਦੇ ਦੇ ਵੱਸ ਹੁੰਦੀ, ਜੇ ਤੇਰਾ ਹੁੰਦਾ ਤੇ ਬੰਦਾ ਕਦੇ ਆਜ਼ਾਦ ਨਾ ਛੱਡਦਾ, ਫਿਰ ਤੇ ਖੁੰਡ ਨਾਲ ਬੰਨ ਲੈਂਦਾ, ਪਰ ਇਹ ਹੋ ਨਹੀਂ ਸਕਦਾ, ਤਾਂ ਮੈਂ ਤੁਹਾਨੂੰ ਇਹ ਕਹਿ ਰਿਹਾ, ਜਿੰਨਾ ਰੋਲ ਹੈ, ਜਿੰਨਾ ਤੁਹਾਡਾ ਰੋਲ ਹੈ, ਭੈਣਾਂ ਦਾ ਮਾਵਾਂ ਦਾ ਜਿੰਨਾ ਰੋਲ ਹੈ ਨਿਭਾਓ, ਬੈਸਟ ਕਰਿਆ ਕਰੋ, ਵਧੀਆ ਕਰੋ, ਵਧੀਆ ਖਾਣਾ, ਵਧੀਆ ਖੁਰਾਕਾਂ, ਜ਼ੋਰ ਲਾਇਆ ਪੂਰਾ, ਪਰ ਭਾਈ ਜੇ ਫਿਰ ਵੀ ਵਿਗੜਦਾ ਤਾਂ ਜਾ ਭਾਈ, ਮੈਂ ਆਪਣੀ ਜ਼ਿੰਦਗੀ ਨਰਕ ਨਹੀਂ ਬਣਾਉਣੀ ਤੇਰੇ ਕਰਕੇ, ਮੈਂ ਰਾਤਾਂ ਦੀ ਨੀਂਦ ਖਰਾਬ ਨਹੀਂ ਕਰਨੀ, ਬੋਲੋ ਅੱਗੇ, ਤੇਰੇ ਕਰਕੇ, ਮੈਂ ਆਪਣਾ ਆਪਣੀ ਭੁੱਖ ਨਹੀਂ ਮਾਰਨੀ ਹੁਣ ਤੇਰੇ ਕਰਕੇ, ਬੰਦਾ ਬਣਨਾ ਬਣ ਜਾ, ਨਹੀਂ ਤੇ ਤੇਰੀ ਮਰਜ਼ੀ, ਨੁਕਸਾਨ ਕਰੇਗਾ ਆਪਣਾ ਕਰੇਗਾ, ਵਿਗੜ ਕੇ ਬੇੜਾ ਪਾਏਗਾ ਆਪਣਾ ਪਾਏਗਾ, ਮੈਂ ਤੇਰੇ ਕਰਕੇ ਸੱਤਿਆਨਾਸ ਨਹੀਂ ਆਪਣਾ ਕਰਾਉਣਾ, ਇਹਨੂੰ ਕਹਿੰਦੇ ਨੇ ਜਿਉਂਦੇ ਮੁਕਤ ਹੋਣਾ, ਪ੍ਰਭ ਕੀ ਆਗਿਆ, ਇਹ ਨਿਯਮਾਂ ਨੂੰ ਸਮਝੋ, ਲਾਜ਼ ਆਫ ਨੇਚਰ, ਇਹਦਾ ਨੈਚੁਰਲ ਐਕਟ ਜਿਹੜਾ ਬਣਿਆ ਹੈ ਸਮਝੋ, ਉਹਦੀ ਆਗਿਆ ਨੂੰ ਸਮਝੋ, ਪ੍ਰਭ ਕੀ ਆਗਿਆ ਆਤਮ ਹਿਤਾਵ ਹੈ, ਅੰਦਰੋਂ ਜਾਣ ਜਾਓਗੇ ਜਦੋਂ, ਜੀਵਨ ਮੁਕਤ ਸੋਕ, ਇਹ ਮੁਕਤ ਹੋਣਾ, ਜਿਉਂਦੇ ਮੁਕਤ ਹੋਣਾ, ਆਪਣੇ ਦਿਮਾਗ ਨਾਲ ਸੋਚ ਕੇ ਵੀ ਨਹੀਂ ਇਹ ਤੇ ਇੰਨਾ ਕਸੀ ਕਰ ਲਿਆ ਬਸ ਠੀਕ ਹੈ, ਫਿਰ ਰਾਤ ਨੂੰ ਉੱਠ ਉੱਠ ਰੋਏਗਾ ਥੋੜਾ ਵੀ ਐਂ ਕਿਉਂ ਕਰਦੇ ਨੇ, ਐਂ ਕਿਉਂ ਕਰਦੇ ਨੇ, ਬੰਦਾ ਐਂ ਕਰਦਾ, ਵਿਗੜ ਗਿਆ ਹੁਣ ਕੀ ਕਰੀਏ, ਫਿਰ ਰੋਏਗਾ ਨਹੀਂ, ਫਿਰ ਆਪਣੇ ਆਪ ਚੋਂ ਰਸ ਲਏਗਾ, ਮੇਰੀ ਖੁਰਾਕ ਮੈਨੂੰ ਮੇਰੇ ਚੋਂ ਮਿਲੂ, ਮੈਂ ਆਪਣਾ ਕਰਨਾ ਸੀ ਕਰ ਲਿਆ, ਮੈਂ ਤੁਹਾਨੂੰ ਫਿਰ ਐਗਜ਼ਾਮਪਲ ਦੇ ਕੇ ਕਹਿ ਰਿਹਾ, ਮੈਂ ਆਪਣਾ ਬੋਲਣਾ ਸੀ 2 ਘੰਟੇ ਬੋਲ ਲਿਆ, ਮੈਨੂੰ ਰਸ ਇਹਦੇ 'ਚ ਹੈ, ਮੈਂ ਆਪਣਾ ਕੰਮ ਸਹੀ ਕੀਤਾ, ਮੈਂ ਗਲਤ ਨਹੀਂ ਕਰਿਆ, ਪਰ ਹੁਣ ਜੇ ਅਗਲਾ ਨਹੀਂ ਮੰਨਣਾ ਚਾਹੁੰਦਾ, ਇਹ ਸੋਚ ਸੋਚ ਕੇ ਮੈਂ ਟੈਨਸ਼ਨ ਨਹੀਂ ਲੈ ਸਕਦਾ, ਮੈਂ ਦੁਖੀ ਦੁਖੀ ਨਹੀਂ ਰਹਿ ਸਕਦਾ, ਮੈਂ ਪਰੇਸ਼ਾਨ ਨਹੀਂ ਰਹਿ ਸਕਦਾ, ਪਰ ਜੇ ਮੇਰੀ ਖੁਰਾਕ ਇਹ ਬਣ ਗਈ ਵੀ ਤੁਸੀਂ ਸਾਰੇ ਮੰਨੋਗੇ, ਤੇ ਇਹ ਕਦੇ ਹੋ ਨਹੀਂ ਸਕਣਾ, ਇਹਦਾ ਮਤਲਬ ਮੈਂ ਕਦੇ ਸੁਖੀ, ਬੋਲੋ ਮੈਂ ਸੁਖੀ ਕਦੇ ਹੋ ਹੀ ਨਹੀਂ ਸਕਣਾ, ਤੁਸੀਂ ਪੂਰਿਆਂ ਨੇ ਮੰਨਣਾ ਨਹੀਂ ਮੈਂ ਸੁਖੀ ਹੋਣਾ ਨਹੀਂ, ਹੁਣ ਮੇਰਾ ਕੰਮ ਕੀ ਹੈ ਵੀ ਮੈਂ ਇਹ ਵੇਖਾਂ ਵੀ ਜੋ ਮੈਂ ਕਰਨਾ ਉਹ ਮੈਂ ਵਧੀਆ ਕਰ ਗਿਆ, ਮੇਰਾ ਜ਼ੋਰ ਉਹਦੇ ਉਹ ਮੈਨੂੰ ਫਿਰ ਠੀਕ ਹੋ ਗਿਆ, ਮੈਂ ਵਧੀਆ ਕਰਤਾ ਮੈਂ ਖੁਸ਼ ਹਾਂ, ਪਰ ਜੇ ਮੈਂ ਇਹ ਸੋਚਾਂ ਵੀ ਸਾਰੇ ਖੁਸ਼ ਹੋ ਜਾਣ, ਇਹ ਕਦੇ ਨਹੀਂ ਹੋ ਸਕਦਾ, ਨਾ ਦੁਨੀਆ ਨੂੰ ਕੋਈ ਖੁਸ਼ ਕਰ ਸਕਿਆ ਤੇ ਨਾ ਕੋਈ ਕਰ ਸਕੇਗਾ, ਸਾਰਿਆਂ ਨੂੰ ਖੁਸ਼ ਨਹੀਂ ਕੋਈ ਕਰ ਸਕਿਆ, ਮਾਵਾਂ ਪੁੱਤਾਂ ਨੂੰ ਸਾਰੀਆਂ ਖੁਸ਼ ਕਰ ਲੈਣਗੀਆਂ, ਕਦੀ ਜੋ ਮਰਜ਼ੀ ਕਰ ਲਓ, ਇਹਦੇ 'ਚ ਫਰਕ ਨਹੀਂ ਪੈਣਾ, ਤਾਂ ਕਰਕੇ ਉਹ ਤੇ ਕਹਿੰਦੇ ਨੇ ਗਿਆਨ ਵੀ ਮਿਲ ਜਾਏ ਨਾ, ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ, ਤਾਂ ਕਰਕੇ ਦੁਚਿੱਤੀ ਤੇ ਡਬਲ ਮਾਈਂਡਡ ਇਹ ਜਿਹੜਾ ਛਤੀਰ ਮੋਹ ਦਾ ਛਤੀਰ, ਮੋਹ ਬਲੇਡਾ ਟੁੱਟਾ, ਬਲੇਡਾ ਕਹਿੰਦੇ ਛਤੀਰ ਨੂੰ, ਉਹ ਛਤੀਰ ਹੈ ਜਿਹੜਾ ਸਾਡਾ ਉਹ ਤੋੜ ਦੇ, ਟੁੱਟ ਗਿਆ ਗਿਆਨ ਆਇਆ, ਉਹ ਜਿਹੜਾ ਮੋਹ ਮੈਨੂੰ ਤੰਗ ਕਰਦਾ ਸੀ
ਮੈਂ ਫਸਿਆ ਪਿਆ ਸੀ ਮੁਕਤੀ ਤੇ ਇਹਦੇ ਤੋਂ ਹੋਣੀ ਸੀ ਨਾ ਮੈਂ ਬੰਧਨਾਂ 'ਚ ਪਿਆ ਸੀ ਉਹ ਛਤੀਰ ਹੀ ਟੁੱਟ ਗਿਆ ਲੈ ਸਾਰਾ ਕੁਝ ਗਿਆਨ ਦੀ ਹਨੇਰੀ ਆਉਣ ਨਾਲ ਮੇਰਾ ਭਰਮਾਂ ਦਾ ਛੱਪਰ ਵੀ ਟੁੱਟਿਆ ਪਿਆ ਤੇ ਛਤੀਰ ਵੀ ਟੁੱਟ ਗਿਆ ਥੰਮੀਆਂ ਜੀਆਂ ਵੀ ਵਿੱਚ ਜਿਹੜੀਆਂ ਦਿੱਤੀਆਂ ਸੀ ਉਹ ਵੀ ਟੁੱਟ ਗਈਆਂ ਲਓ ਅੱਗੇ ਸੁਣੋ ਤਿਸ਼ਨਾ ਸ਼ਾਨ ਭਰੀ ਦਰ ਉੱਪਰ ਦੁਰਮਤ ਭਾਂਡਾ ਫੁਟਾ ਤ੍ਰਿਸ਼ਨਾ ਦੀ ਛੰਨ ਉਹ ਪਈ ਹੈ ਥੱਲੇ ਤੇ ਦੁਰਮਤ ਜਿਹਦੇ ਚ ਪਾਉਂਦੇ ਹੁੰਦੇ ਸੀ ਉਹ ਭਾਂਡਾ ਹੀ ਟੁੱਟ ਗਿਆ ਜਿਹਦੇ ਚ ਠਹਿਰਦੀ ਸੀ ਦੁਰਮਤ ਮਾੜੀ ਸੋਚ ਕਿਸੇ ਨੇ ਐ ਕਹਿਤਾ ਕਿਸੇ ਨੇ ਐ ਕਹਿਤਾ ਕਿਸੇ ਨੇ ਐ ਕਹਿਤਾ ਉਹ ਜਿਹੜਾ ਮੇਰੇ ਅੰਦਰ ਭਾਂਡੇ ਚ ਪੈਂਦਾ ਸੀ ਉਹ ਤੇ ਸਾਰਾ ਹੀ ਟੁੱਟ ਗਿਆ